ਇਹ ਤਸਵੀਰਾਂ ਪੰਜਾਬ ਤੇ ਲੱਗੇ ਨਸ਼ੇ ਦੇ ਕਾਲੇ ਕਲੰਕ ਨੂੰ ਹੋਰ ਗੂੜਾ ਕਰ ਰਹੀਆਂ ਨੇ। ਮੌਤ ਦਾ ਸਮਾਨ ਭਾਵ ਨਸ਼ਾ ਪੰਜਾਬ ਵਿੱਚ ਹਾਲੇ ਵੀ ਸ਼ਰੇਆਮ ਵਿਕ ਰਿਹਾ। ਗਲੀ ਮੁਹੱਲਿਆਂ ਪਿੰਡਾਂ ਵਿੱਚ ਹਾਲੇ ਵੀ ਨਸ਼ਾ ਸ਼ਰੇਆਮ ਪਹੁੰਚ ਰਿਹਾ ਤੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ। ਇਹ ਸਟਿੰਗ ਵੀਡੀਓ ਵਿੱਚ ਪੰਜਾਬ ਸਰਕਾਰ ਦੇ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ ਖੋਖਲਾ ਹੁੰਦਿਆਂ ਸਾਫ ਨਜ਼ਰ ਆ ਰਹੇ ਨੇ। ਇਹ ਸਟਿੰਗ ਲੋਕ ਭਲਾਈ ਸਮਾਜ ਸੇਵਾ ਵੱਲੋਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਕੀਤਾ ਗਿਆ, ਜਿੱਥੇ ਨੌਜਵਾਨ ਸ਼ਰੇਆਮ ਬਿਨਾਂ ਕਿਸੇ ਡਰ ਤੋਂ ਨਸ਼ੇ ਦਾ ਵਪਾਰ ਕਰ ਰਹੇ ਨੇ ਤੇ ਖੁਦ ਵੀ ਨਸ਼ਾ ਕਰ ਰਹੇ ਨੇ। ਸਰਕਾਰ ਦੇ ਦਾਅਵੇ ਭਾਵੇਂ ਲਗਾਤਾਰ ਫੇਲ ਹੋ ਰਹੇ ਨੇ, ਪਰ ਸੂਬੇ ਦੇ ਸੂਝਵਾਨ ਨੌਜਵਾਨਾਂ ਵੱਲੋਂ ਨਸ਼ਾ ਖਤਮ ਕਰਨ ਲਈ ਬੀੜਾ ਚੁੱਕਿਆ ਗਿਆ। ਤੇ ਅਸੀਂ ਜੋ ਇਹ ਆਪਰੇਸ਼ਨ ਚਲਾਇਆ ਸੀ ਬਹੁਤ ਵੱਡੇ ਪੱਧਰ ਤੇ ਚਲਾਇਆ ਸੀ, ਬਹੁਤ ਵੱਡੀ ਪਲਾਨਿੰਗ ਕਰਕੇ ਚਲਾਇਆ ਸੀ। ਹੁਣ ਇਹਦੇ ਤੋਂ ਬਾਅਦ ਦੇ ਵਿੱਚ ਕੁਛ ਬੱਚੇ ਆਪਰੇਸ਼ਨ ਕਰਨ ਤੋਂ ਬਾਅਦ ਚਲਾਉਣ ਤੋਂ ਬਾਅਦ ਦੇ ਵਿੱਚ ਕੁਛ ਬੱਚੇ ਸਾਡੇ ਕੋਲ ਆਏ, ਆ ਕੇ ਸਾਨੂੰ ਕਹਿੰਦੇ ਕਿ ਤੁਸੀਂ ਬਾਬਾ ਜੀ ਐਡਾ ਮਤਲਬ ਸਟਰੋਂਗ ਐਡਾ ਸਟਰੋਂਗ ਕਦਮ ਲੈ ਲਿਆ ਆ, ਅਤੇ ਜਿਹੜੇ ਅਸੀਂ ਹੁਣ ਨਸ਼ਾ ਖਤਮ ਹੋਣ ਲੱਗ ਗਿਆ ਅਤੇ ਅਸੀਂ ਕਿਸੇ ਦਾ ਮਰ ਜਾਵਾਂਗੇ। ਫਿਰ ਅਸੀਂ ਉਹ ਡਿਪਟੀ ਸਾਹਿਬ ਨਾਲ ਗੱਲ ਕੀਤੀ, SHO ਸਾਹਿਬ ਨਾਲ ਗੱਲ ਕੀਤੀ, ਜੱਥਾ ਸਿਰਲੱਥ ਖਾਲਸਾ ਵਾਲਿਆਂ ਨਾਲ ਗੱਲ ਕੀਤੀ, ਅਤੇ ਅਸੀਂ ਕੀ ਕੀਤਾ, ਅਸੀਂ ਉਹਨੂੰ ਡਿਪਟੀ ਸਾਹਿਬ ਨੂੰ ਗੱਲ ਕੀਤੀ। ਡਿਪਟੀ ਸਾਹਿਬ ਕਹਿੰਦੇ ਇੱਥੇ ਆ ਜਾਓ ਤੁਸੀਂ, ਸਾਡੇ ਕੋਲ ਲੈ ਕੇ ਦੋ ਮੁੰਡੇ ਲੈ ਕੇ ਗਏ, ਵਰਿੰਦਰ ਸਿੰਘ ਵਿੰਨਾ ਪਤੀ ਮਨਜ਼ੂਰ ਪਿੰਡ ਸੁਲਤਾਨਵਿੰਡ ਅਤੇ ਮਨਿੰਦਰ ਸਿੰਘ ਡਿਪਟੀ ਪਤੀ ਦਾਦੂ ਜੱਲਾ, ਦੋਵਾਂ ਨੂੰ ਲੈ ਕੇ ਗਏ। ਚਲੋ ਉਹਨਾਂ ਨੂੰ ਥੋੜ੍ਹੀ ਜਿਹੀ ਕੋਈ ਡੋਜ਼ ਵੀ ਦਿੱਤੀ, ਨਾਲ ਪੁਲਿਸ ਦੇ ਮੁਲਾਜ਼ਮ ਵੀ ਗਏ ਅਤੇ ਉਹਨਾਂ ਨੂੰ ਕੱਲ੍ਹ ਐਡਮਿਟ ਕਰ ਲਈ ਗਿਆ, ਛੱਡ ਦਿੱਤਾ ਗਿਆ ਕਿ ਚਲੋ ਕੋਈ ਜੀ ਕੱਲ੍ਹ ਨੂੰ ਆ ਜਾਓ। ਪਰ ਅੱਜ ਜਦੋਂ ਆਇਆ, ਅੱਜ ਉਹ ਇੱਕ ਬੰਦਾ ਫਰਾਰ ਹੋ ਗਿਆ, ਇੱਕ ਬੰਦਾ ਸਾਡੇ ਕੋਲ ਆਇਆ, ਅੱਜ ਮੈਂ ਉਹਨੂੰ ਫਿਰ ਡੋਜ਼ ਦਵਾ ਕੇ ਆਇਆ, ਉਹ ਬਹੁਤ ਵਧੀਆ ਠੀਕ ਠਾਕ ਆ। ਅਤੇ ਮੈਂ ਪਹਿਲਾਂ ਤਾਂ ਸੰਦੇਸ਼ਾ ਇਹ ਵੀਰਾਂ ਨੂੰ ਦੇਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਦੇ ਕੋਈ ਦੁਸ਼ਮਣ ਨਹੀਂ ਹਾਂ, ਜੇ ਨਸ਼ਾ ਬੰਦ ਕਰ ਰਹੇ ਹਾਂ ਤਾਂ ਕੋਈ ਭੈਣਾਂ ਦੇ, ਕੋਈ ਭਰਾਵਾਂ ਦੇ, ਕੋਈ ਮਾਵਾਂ ਦੇ, ਕੋਈ ਵੱਡਿਆਂ ਦੇ ਕੋਈ ਦੁਸ਼ਮਣ ਨਹੀਂ ਆ। ਅਸੀਂ ਉਹਨਾਂ ਦੇ ਦੋਸਤ ਹਾਂ, ਅਸੀਂ ਉਹਨਾਂ ਦੇ ਭਰਾ ਹਾਂ, ਭਰਾ ਬਣ ਕੇ ਆਏ ਹਾਂ। ਜਿੰਨਿਆਂ ਨੂੰ ਲੱਗ ਗਿਆ ਠੀਕ ਆ, ਬਾਕੀਆਂ ਨੂੰ ਅਸੀਂ ਇਲਾਜ ਕਰਾਵਾਂਗੇ, ਪਰ ਜਿਹੜੀ ਅੱਗੇ ਆਉਣ ਵਾਲੀ ਪੀੜ੍ਹੀ ਆ ਉਹਨੂੰ ਤਾਂ ਲੱਗਣ ਹੀ ਨਹੀਂ ਦੇਣਾ। ਇਸ ਕਰਕੇ ਤੁਸੀਂ ਮਾਵਾਂ, ਜਿੰਨਾ ਚਿਰ ਮਾਵਾਂ ਭੈਣਾਂ ਸਾਡੇ ਨਾਲ ਵੱਧ ਤੋਂ ਵੱਧ ਸਾਥ ਨਹੀਂ ਦਿੰਦੀਆਂ, ਬਾਕੀ ਵੀਰ ਕੁਛ ਨਹੀਂ ਕਰ ਸਕਦੇ। ਅਸੀਂ ਲੋਕ ਭਲਾਈ ਸਮਾਜ ਸੇਵਾ ਗਰੁੱਪ ਵਾਲੇ ਸਾਡੇ ਵੀਰ ਆ ਜਿਹੜੇ, ਉਹ ਕੁਛ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਸੰਯੋਗ ਚਾਹੀਦਾ ਆ ਜਿਹੜੇ ਇੱਥੋਂ ਦੇ ਲੋਕ ਆ, ਕਿਉਂਕਿ ਉਹ ਹਰ ਇੱਕ ਲੋਕ ਇੱਕ ਦੂਜੇ ਦੇ ਚਿਹਰੇ ਨਾਲ ਜਾਣੂ ਆ, ਉਹਨਾਂ ਨੂੰ ਪਤਾ ਹੈ ਇਹ ਕੌਣ ਆ, ਕੀ ਚੱਲ ਰਿਹਾ ਲਾਗੇ, ਕੀ ਨਹੀਂ। ਫੋਨ ਨੰਬਰ ਸਾਡੇ ਤਕਰੀਬਨ ਕੱਲ੍ਹ ਨੂੰ ਪਿੰਡ ਦੇ ਵਿੱਚ ਲੱਗ ਜਾਣਗੇ, ਅਤੇ ਉਹਦੇ ਉੱਤੇ ਕੋਈ ਵੀ ਕੰਟੈਕਟ ਕਰੇ ਅਤੇ ਅਸੀਂ ਉੱਥੇ 10-15 ਮਿੰਟਾਂ ਦੇ ਵਿੱਚ ਆਪਣੇ ਗਰੁੱਪ ਵੱਲੋਂ, ਅਤੇ ਲੋੜ ਪਈ ਜੱਥਾ ਸਿਰਲੱਥ ਖਾਲਸਾ ਵੀ ਸਾਡੇ ਨਾਲ ਆ, ਉਹਦੇ ਭਾਈ ਦਿਲਬਾਗ ਸਿੰਘ ਜੀ, ਅਤੇ ਅਸੀਂ ਉਹ ਆਪਰੇਸ਼ਨ ਕਰਾਂਗੇ, ਬੰਦੇ ਵੀ ਫੜਾਂਗੇ, ਔਰ ਜੇ ਬੰਦੇ ਸਾਡੇ ਕੋਲ ਫੜੇ ਗਏ ਉਹਦਾ ਤਾਂ ਹਾਲ ਉਹੀ ਹੋਏਗਾ ਜੋ ਅਸੀਂ ਨਮੂਨਾ ਦੇ ਚੁੱਕੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ। ਉਦੋਂ ਬਾਅਦ ਦੇ ਵਿੱਚ ਉਹ ਉਮੀਦਾਂ ਛੱਡ ਦੇ ਕੇ ਮੈਂ ਬਾਹਰ ਆ ਜਾਊਂਗਾ। ਹਾਂ, ਜਿਹੜਾ ਛੱਡਣਾ ਚਾਹੁੰਦਾ ਆ, ਸਾਡੇ ਕੋਲ ਰੋਸ ਆਏ ਆ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ, ਸਾਨੂੰ ਮੌਕਾ ਦਿਓ। ਠੀਕ ਆ, ਤੁਹਾਨੂੰ ਮੌਕਾ ਦਿੱਤਾ, ਖੁੱਲ੍ਹਮ ਖੁੱਲ੍ਹਾ ਮੌਕਾ ਦਿੱਤਾ। ਅਸੀਂ ਗਰੰਟੀ 'ਤੇ, ਮੈਂ ਮੀਡੀਆ ਦੇ ਸਾਹਮਣੇ, ਮੈਂ ਕੈਮਰੇ ਦੇ ਸਾਹਮਣੇ ਗੱਲ ਕਰ ਰਿਹਾ ਹਾਂ, ਜੇ ਕਿਸੇ ਬੱਚੇ ਨੂੰ ਕੁਛ ਅਸੀਂ ਫੜਾਉਂਦੇ ਪੁਲਿਸ ਕੋਲ ਜਾਂ ਪੁਲਿਸ ਕਾਰਵਾਈ ਕੋਈ ਕਰਵਾਉਂਦੇ ਉਲਟੀ ਸਿੱਧੀ, ਤਾਂ ਉਹਦਾ ਜ਼ਿੰਮੇਵਾਰ ਭੁਪਿੰਦਰ ਸਿੰਘ ਮਾਲ ਹੋਏਗਾ ਅਤੇ ਲੋਕ ਭਲਾਈ ਸਮਾਜ ਸੇਵਾ ਗਰੁੱਪ ਪੂਰਾ ਹੋਏਗਾ। ਤੁਸੀਂ ਮੈਨੂੰ ਪੁੱਛ ਸਕਦੇ ਜਾ ਕੇ, ਪਰ ਅਸੀਂ ਜੇ ਉਹਦਾ ਇਲਾਜ ਕਰਾਵਾਂਗੇ, ਕੁਛ ਸਮੇਂ ਦਾ ਕੋਰਸ ਆ, ਉਹ ਕੋਰਸ ਪੂਰਾ ਹੋਣ ਤੋਂ ਬਾਅਦ ਜੇ ਉਹ ਅੱਗੇ ਛੱਡਦੇ ਆ ਨਸ਼ਾ, ਤੇ ਅਸੀਂ ਉਹਨਾਂ ਦੇ ਨਾਲ ਆ। ਜਦੋਂ ਇਸ ਵੀਡੀਓ ਬਾਰੇ ਪੁਲਿਸ ਅਧਿਕਾਰੀਆਂ ਕੋਲ ਪਹੁੰਚ ਕੀਤੀ ਗਈ, ਉਹਨਾਂ ਕਿਹਾ ਕਿ ਸਾਨੂੰ ਹੁਣ ਇਸ ਬਾਰੇ ਜਾਣਕਾਰੀ ਮਿਲੀ ਹੈ ਤੇ ਵੀਡੀਓ ਦੇ ਆਧਾਰ ਤੇ ਅਸੀਂ ਜਲਦ ਹੀ ਕਾਰਵਾਈ ਕਰਾਂਗੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਗਈ ਸੀ। ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਵਾਅਦਾ ਵੀ ਕੀਤਾ ਸੀ, ਪਰ ਇਹ ਸਟਿੰਗ ਸਰਕਾਰ ਦੇ ਸਾਰੇ ਦਾਅਵੇ ਨੂੰ ਹਵਾ ਕਰ ਰਿਹਾ। ਇਸ ਸਟਿੰਗ ਮਗਰੋਂ ਤਾਂ ਇਹੀ ਕਿਹਾ ਜਾ ਸਕਦਾ, ਸਰਕਾਰੇ ਨੀ ਸਰਕਾਰੇ ਹੁਣ ਤੇ ਖੋਲ ਅੱਖਾਂ, ਮਰਦੀ ਜਵਾਨੀ ਨੂੰ ਲੈ ਬਚਾ, ਕਿੱਥੋਂ ਹਰੀਆਂ ਹੋਣਗੀਆਂ ਕੇ ਜਾ ਕੇ ਮਾਵਾਂ ਦੀਆਂ ਕੁੱਖਾਂ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।
ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।